ਹਾਂ ਜੀ ਦੋਸਤੋ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ। ਸੋ ਦੋਸਤੋ, ਅੱਜ ਪਹੁੰਚੇ ਹਾਂ ਪਿੰਡ ਘੜਕਾ, ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨ ਤਾਰਨ ਸਾਹਿਬ, ਵੀਰ ਅੰਮ੍ਰਿਤ ਕੋਲ ਆਏ ਹਾਂ। ਦੋਸਤੋ, ਪਹਿਲਾਂ ਵੀ ਆਪਾਂ ਕਾਫੀ ਵੀਡੀਓ ਇਸ ਘਰੋਂ ਪਾਈਆਂ ਨੇ, ਅਪਲੋਡ ਕਰੀਦੇ ਆ। ਪਸ਼ੂ ਆਉਂਦੇ ਰਹਿੰਦੇ ਆ, ਡੇਲੀ ਰੂਟੀਨ ਦੇ ਵਿੱਚ ਪਸ਼ੂ ਇਸ ਘਰੇ ਆਉਂਦੇ ਆ ਦੋਸਤੋ, ਅਤੇ ਜ਼ਿਆਦਾਤਰ ਵਹਿੜਾਂ ਆਉਂਦੀਆਂ, ਮੱਝਾਂ ਝੋਟੀਆਂ ਵੀ ਤੁਹਾਨੂੰ ਪਿਛਲੀਆਂ ਕਈ ਵੀਡੀਓ ਦੇ ਵਿੱਚ ਵੇਖਣ ਦੇ ਵਿੱਚ ਮਿਲਦੀਆਂ ਰਹੀਆਂ ਨੇ, ਅਤੇ ਜ਼ਿਆਦਾਤਰ ਵਹਿੜਾਂ ਆਉਂਦੀਆਂ ਨੇ। ਸੋ ਵਹਿੜਾ ਦੋ ਗੱਭਣ ਆ ਦੋਸਤੋ, ਪੂਰੀ ਤਿਆਰੀ 'ਤੇ ਆ, ਦਿਨ ਹਜੇ ਲੈਂਦੀਆਂ, ਅਤੇ ਇੱਕ ਬੱਚੀ ਬਿਲਕੁਲ ਤਾਜ਼ੀ ਸੂਈ ਸਵਾਈ ਆ, ਕੁਝ ਕੁ ਦਿਨਾਂ ਦੀ ਆ, ਉਹ ਵੀ ਆਪਾਂ ਪੁੱਛ ਲਾਂਗੇ। ਅਤੇ ਇੱਕ ਉੱਚੇ ਬੱਚੇ ਦੇ ਵਿੱਚ ਵਹਿੜ ਤੁਹਾਨੂੰ ਦਿਖਾਵਾਂਗੇ, ਜਿਹੜੇ ਬੰਨੇ ਆਪਾਂ ਸਟਾਰਟਿੰਗ ਕਰਾਂਗੇ, ਉਹ ਜਿਹੜੀ ਦੋਸਤੋ ਉੱਚੇ ਬੱਚੇ ਦੇ ਵਿੱਚ ਵਹਿੜ ਆ, ਮਗਰ ਬੱਚਾ ਵੀ ਜਿਹੜਾ ਹੈਗਾ ਉਹ ਵੀ ਨਾਲ ਮਿਲੂਗਾ ਤੁਹਾਨੂੰ। ਸੋ ਪੂਰੀ ਡਿਟੇਲ ਇਹਨਾਂ ਪਸ਼ੂਆਂ ਦੀ ਮਿਲ ਜੂਗੀ। ਬਾਕੀ ਰੇਟ ਭਾਪੜ ਅਤੇ ਜਾਇਜ਼ ਅਤੇ ਜੈਨੂਅਨ ਹੁੰਦੇ ਆ, ਬਾਕੀ ਨਰਕ ਪਰਖ ਤਸੱਲੀ ਆ, ਉਹ ਕਿਸੇ ਵੀਰ ਨੇ ਘਰ ਆਣ ਕੇ ਕਰ ਲੈਣੀ ਆ, ਆਪਣਾ ਹੱਕ ਸਮਝ ਕੇ ਤਸੱਲੀ। ਆਪਾਂ ਹਰ ਵਾਰ ਕਹਿੰਦੇ ਹਾਂ ਵੀ ਦੋ ਡੰਗ ਚੋ ਕੇ, ਕੋਈ ਚਾਰ ਟਾਈਮ ਚੋ ਕੇ, ਕੋਈ ਵੀਰ ਤਿੱਪ ਕੇ ਗੱਭਣ ਪਸ਼ੂ ਦੀ ਤਸੱਲੀ ਆ, ਉਹ ਜ਼ਰੂਰ ਯਕੀਨੀ ਬਣਾ ਲਿਆ ਕਰੋ। ਉਸ ਤੋਂ ਬਾਅਦ ਤੁਸੀਂ ਓਨਰ ਦੇ ਨਾਲ ਜਿਹੜਾ ਦੋਸਤੋ ਸੌਦਾ ਕਰਿਆ ਕਰੋ, ਅਤੇ ਖਾਸ ਵਿਜਿਟ ਤੁਸੀਂ ਜਿਹੜੀ ਆ ਪਿੰਡ ਘੜਕੇ ਕਰਨੀ ਆ, ਨੇੜੇ ਪਿੰਡ ਚੋਲਾ ਸਾਹਿਬ, ਪੱਖੂਪੁਰਾ ਪਿੰਡ ਬਿਲਕੁਲ ਨਜ਼ਦੀਕ, ਚੰਬਾ ਪਿੰਡ ਬਿਲਕੁਲ ਲਾਗੇ ਆ। ਆ ਲਓ ਜੀ, ਠੀਕ ਆ, ਅਤੇ ਆਓ ਲੈਂਦੇ ਹਾਂ ਡਿਟੇਲ ਵਧੇਰੇ। ਸਭ ਤੋਂ ਪਹਿਲਾਂ ਵੀਰ ਅੰਮ੍ਰਿਤ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰ ਜੀ, ਕੀ ਹਾਲ ਚਾਲ ਜੋ? ਠੀਕ ਠਾਕ ਵੀਰ ਅੰਮ੍ਰਿਤ, ਠੀਕ ਠਾਕ, ਬਹੁਤ ਵਧੀਆ ਭਰਾ ਜੀ, ਠੀਕ ਆ। ਅੱਛਾ ਅੰਮ੍ਰਿਤ ਭਾਈ, ਕਿਵੇਂ ਹੋਈ ਜਾਂਦੇ ਆ ਪਸ਼ੂ ਸੇਲ ਵੀਰੇ? ਹਾਂਜੀ ਹਾਂਜੀ, ਮਾਲ ਤਾਂ ਵੀਰੇ ਤੁਰਿਆ ਜਾਂਦਾ, ਆਈ ਜਾਂਦਾ, ਤੁਰਿਆ ਜਾਂਦਾ, ਤੈਨੂੰ ਪਤਾ ਤੇਜ਼ੀ ਹੁਣ। ਬਿਲਕੁਲ ਜੀ, ਹਾਂਜੀ ਹਾਂਜੀ। ਅਤੇ ਅੱਜ ਅੰਮ੍ਰਿਤ ਭਾਈ, ਜਿਹੜੇ ਆਪਣੇ ਕੋਲ ਪਸ਼ੂ ਆਏ ਆ, ਚਾਰ ਵਹਿੜਾ ਨੇ, ਜਿਨ੍ਹਾਂ ਦੇ ਵਿੱਚੋਂ ਦੋ ਗੱਭਣ ਤਿਆਰ ਹੀ ਆ। ਹਾਂਜੀ ਹਾਂਜੀ, ਤਿਆਰੀ ਦੇ ਵਿੱਚ ਆ, ਅਤੇ ਇੱਕ ਉੱਚੇ ਬੱਚੇ 'ਚ ਆ ਗਈ ਵਹਿੜ, 2 ਮਹੀਨੇ ਹੋਏ ਸੂਈ ਨੂੰ ਢਾਈ। ਠੀਕ ਹੈ ਜੀ, ਅਤੇ ਇਹਨੂੰ ਪੰਜ ਦਿਨ ਹੋ ਗਿਆ, 6 ਟੀਕਾ ਗਈ ਹੈ, ਇੱਕ ਰਾਈ ਨੂੰ 2 ਟੀਕੇ ਲਵਾਏ ਜਰਸੀ ਦੇ। ਠੀਕ ਹੈ ਜੀ, ਆਪਣੀ ਜਰਸੀ ਦੇ ਵਿੱਚ ਹੀ ਆ ਬੱਕ ਜ਼ਿਆਦਾ। ਹਾਂਜੀ ਹਾਂਜੀ, ਲਓ ਦੋਸਤੋ, ਜਰਸੀ ਦੇ ਵਿੱਚ ਪਹਿਲੇ ਨੰਬਰ ਤੋਂ ਸਟਾਰਟ ਕਰ ਲੈਂਦੇ ਆ। ਜਰਸੀ ਵਹਿੜ ਆ, 2 ਕੁ ਮਹੀਨੇ ਉੱਚੇ ਬੱਚੇ ਦੇ ਵਿੱਚ, 2 ਕੁ ਮਹੀਨੇ ਦਾ ਸਮਾਂ ਹੋ ਗਿਆ ਸੂਈ ਨੂੰ, ਅੱਗੇ 5-7 ਦਿਨਾਂ ਦੀ ਬਣੀ ਵੀ ਆ, ਅੱਗੇ ਦੂਜੇ ਸੂਬੇ ਲਈ ਕੀ ਤੀਜੇ ਸੂਬੇ ਲਈ ਗੱਭਣ ਹੋਈ ਆ? ਹਾਂਜੀ ਵੀਰੇ, ਤੀਜੇ ਲਈ ਮੰਨੇ, ਕੋਈ ਦੂਜੇ ਹੁਣ ਦੂਜੇ ਸੂਬੇ 'ਚ ਚੱਲ ਰਹੀ ਹੈ ਨਾ? ਹਾਂਜੀ ਹਾਂਜੀ, ਠੀਕ ਆ। ਬਾਕੀ ਥਣ ਥੁਣ ਤਾਂ ਅੰਮ੍ਰਿਤ ਸਿੰਘ ਬਹੁਤ ਸੋਹਣਾ, ਸਾਣ ਤੇ ਵੀਰੇ ਬਹੁਤ ਜ਼ਿਆਦਾ ਕਮਾਲ ਦਾ, ਫਿਰ ਚਵਾਈ ਬਹੁਤ ਜ਼ਿਆਦਾ ਸਿਰ। ਲਓ ਜੀ, 10 ਕਿਲੋ ਦੁੱਧ ਪੱਕਾ ਹੋ ਵੀਰੇ, ਵਿਖਾਵਾ ਜੀ 11-12 ਕਿਲੋ ਦਾ ਕਰੀ ਜਾਂਦੀ। ਠੀਕ ਹੈ ਜੀ, ਹਾਂਜੀ, ਲਓ ਦੋਸਤੋ, ਵਿਖਾਲਾ ਵੀਰਾਂ ਦਾ ਵੀ ਭਾਵੇਂ 11-12 ਕਿਲੋ ਦਾ ਹੋਵੇ, ਪਰ 10 ਕਿਲੋ ਦੁੱਧ ਜਿਹੜਾ ਪੱਕਾ, ਜਿਹੜਾ ਕਿਸੇ ਵੀਰ ਨੇ ਚੋ ਲੈਣਾ ਵੀਰੇ, ਆਪਣੇ ਘਰੇ ਆ ਕੇ ਤਸੱਲੀ ਕਰੇ, 2-3 ਟਾਈਮ ਚੋਵੇ ਹਨਾ। ਹਾਂ, ਤੇ ਬਾਕੀ ਚਵਾ ਪਸਮਾ ਤਾਂ ਤੁਸੀਂ ਦੱਸ ਹੀ ਦਿੱਤਾ, ਬਹੁਤ ਵਧੀਆ। ਇੱਕ ਪੂਰਾ ਮੱਝਾਂ ਵਾਲਾ ਚਵਾ, ਇਹ ਨਹੀਂ ਡੋਕੇ ਨਾ ਪਾ ਜੂ, ਐ 1-1 ਪਸਮਾ ਸੁੱਟ ਦੇ। ਠੀਕ ਹੈ ਜੀ, ਹਾਂਜੀ ਹਾਂਜੀ, ਤੇ ਅੰਮ੍ਰਿਤ ਵੀਰੇ ਲਿਆਓ ਖੋਲ ਕੇ ਦਿਖਾ ਦਈਏ। ਮਗਰ ਬੱਚਾ ਇਹਦਾ ਵੱਛੀ ਹੈ? ਵੱਛੀ। ਲਓ ਦੋਸਤੋ, ਵੱਛੀ ਵੀ ਬੜੀ ਸੋਹਣੀ ਆ, ਪਲੀ ਪਲਾਈ ਮਗਰ ਵੱਛੀ ਆ, 2 ਕੁ ਮਹੀਨੇ ਦਾ ਸਮਾਂ ਵੀਰ ਦੱਸ ਰਿਹਾ, ਬਾਕੀ ਵੱਛੀ ਤੁਹਾਨੂੰ ਆਪਾਂ ਦਿਖਾਵਾਂਗੇ ਤਸੱਲੀ ਦੇ ਨਾਲ। ਠੀਕ ਆ, ਸੋ ਆਹ ਕਰੋ ਚੈੱਕ ਜੀ। ਸੋ 10 ਕਿਲੋ ਪੱਕਾ ਦੁੱਧ ਜਿਹੜਾ ਦੋਸਤੋ, 10 ਕਿਲੋ ਆ, ਅੱਗੇ ਕੋਈ ਵੀਰ ਆਪਦੀ ਤਸੱਲੀ ਕਰ ਸਕਦਾ, ਬਾਕੀ ਆਰਡਰ ਦੀ ਕੁਆਲਿਟੀ ਤੁਸੀਂ ਆ ਵੇਖ ਕੇ ਚੈੱਕ ਕਰ ਲਓ। ਕਪੈਸਟ ਜਿਹਾ ਬਹਾਨਾ, ਕੋਈ ਟੁੱਟਵਾ ਬਹਾਨਾ ਨਹੀਂ, ਇਦਾਂ ਹੀ ਰਹੂਗਾ ਇਹਦਾ। ਅੱਛਾ ਅਮਰ ਸਿੰਘ, 10 ਕਿਲੋ ਦਾ 10 ਹੀ ਨਿਕਲੂਗਾ? ਕਈ ਵਾਰ ਹੁੰਦਾ ਵੀ 10 ਦਾ ਕੋਈ 8-7 ਨਹੀਂ, 10 ਹੀ ਨਿਕਲੂ ਜੇ ਆਪਣੇ ਚੋ ਕੇ ਤਸੱਲੀ ਕਰੇ ਵੀਰ ਕੋਈ। ਠੀਕ ਹੈ ਭਰਾ, ਹਾਂ, ਜਿਹੜਾ ਵੀਰੇ ਚੋਇਆ ਨਿਕਲ ਆਉਣਾ, ਬਾਕੀ ਝੂਠ ਮਾਰਨ ਦਾ ਕੀ ਫਾਇਦਾ ਹੈ ਨਾ। ਬਿਲਕੁਲ ਜੀ, ਬਿਲਕੁਲ, ਹਾਂ। ਲਓ ਜੀ, ਕਰੋ ਚੈੱਕ, ਆਰਡਰ ਕੁਆਲਿਟੀ ਸੋਹਣੀ ਆ ਦੋਸਤੋ। ਹਾਈਟ ਜਿੱਦਾਂ ਆਪਾਂ ਨੋਰਮਲ ਇੱਕ ਜਰਸੀ ਵੈੜ ਦੇਖਦੇ ਹਾਂ, ਚਾਹੇ ਕੋਈ ਵੀਰ ਪੰਜਾਬ ਦੀ ਜਰਸੀ ਦੇ ਕੱਦ ਦੇ ਵਿੱਚ ਸਟਰਕਚਰ ਇਹਦਾ ਗਿਣਦੇ, ਠੀਕ ਆ, ਅਤੇ ਥੋੜ੍ਹਾ ਜਿਹਾ ਕਿਤੇ ਨਾ ਕਿਤੇ ਵਿੱਚ ਕਰੋਸ ਕੁਝ ਕੁ ਪਰਸੈਂਟ ਹੈਗਾ, ਓਵਰਆਲ ਜ਼ਿਆਦਾ ਪੱਖ ਜਿਹੜਾ ਜਰਸੀ ਦਾ। ਠੀਕ ਆ, ਠੀਕ ਆ ਜੀ। ਸੋ ਇਹ ਵਹਿੜ ਆ ਦੋਸਤੋ, 2 ਕੁ ਮਹੀਨੇ ਦੀ ਸੂਈ, ਮਗਰ ਵੱਛੀ ਵੱਛੀ ਆ, ਤੁਹਾਨੂੰ ਦਿਖਾ ਦਿੰਦੇ ਆਹ ਬੱਚਾ ਜਿਹੜਾ ਮਗਰ ਆ, ਵੱਛੀ ਵੱਛੀ ਪੂਰੀ ਇਹ ਵੀ। ਲਓ ਜੀ,
ਸੀਲ ਸਲਾਕ ਵੀ ਤੇ ਬਹੁਤ ਜ਼ਿਆਦਾ ਆ ਇੱਧਰ ਇੱਕ ਇਹ ਨਹੀਂ ਕਿਸੇ ਬੰਨੇ ਉਹ ਛੜ ਮਾਰ ਜੂ ਬਹੁਤ ਹੀ ਜ਼ਿਆਦਾ ਸੀਲ ਹਾਂ ਸੀਲ ਬਹੁਤ ਜ਼ਿਆਦਾ ਛੜ ਛੂੜ ਵਾਲੀ ਨਹੀਂ ਹੈਗੀ ਲਓ ਵੀ ਸੋ ਥਣ ਦੀ ਕੁਆਲਿਟੀ ਇੱਕ ਵਾਰੀ ਜ਼ਰੂਰ ਚੈੱਕ ਕਰੋ ਦੋਸਤੋ ਆਹ ਥਣ ਬਹਿਣੀ ਵਾਲੇ ਪਾਸਿਓਂ ਇੱਕ ਬਹਿਣੀ ਵਾਲੇ ਪਾਸਿਓਂ ਮੋਸਟਲੀ ਆਪਾਂ ਜਿਹੜੇ ਪਾਸਿਓਂ ਚੁਬਾਈ ਕਰਦੇ ਹਾਂ ਥਣ ਵਿਥ ਵਿਰਲ ਤੁਸੀਂ ਆਹ ਵੇਖੋ ਜੀ ਬਹੁਤ ਸਵਾਦੀ ਥਣ ਆਹ ਵੇਖੋ ਹੱਥੀ ਚੁਬਾਈ ਲਾ ਥਣ ਅਤੇ ਅੰਮ੍ਰਿਤ ਕੀ ਕਰਦੇ ਆ ਮੰਗ ਮੁੱਲ ਵੀਰੇ ਵੱਛੀ ਜੇ ਤਾਂ ਤਾਜ਼ੀ ਹੁੰਦੀ ਤੈਨੂੰ ਪਤਾ ਫਿਰ ਤਾਂ 45 ਭਾਵੇਂ 50 ਦੀ ਵੇਚ ਦਿੰਦੇ ਹਾਂਜੀ ਹੁਣ ਮੁੱਲ 40-35,000 ਚੋਂ ਮਾਨ ਤਾਨ ਕਰਦਾ 35 ਚੋਂ ਹਾਂ ਠੀਕ ਹੈ ਜੀ 33 ਦੀ ਦੇ ਦਾਂਗੇ ਆਪਾਂ ਲਾਸਟ ਠੀਕ ਹੈ ਜੀ ਹਾਂ ਲਓ ਵੀ 35,000 ਦੋਸਤੋ ਮੁੱਲ 33,000 ਦੀ ਲਾਸਟ ਲੈ ਦੇ ਵੱਛੀ ਬਹੁਤ ਜ਼ਿਆਦਾ ਚੰਗੀ ਆ ਫਿਰ ਮਗਰ ਫਿਰ ਵੱਛੀ ਤਿਆਰ ਹੋ ਜਾਣੀ ਫਿਰ ਦੂਰੇ ਠੀਕ ਹੈ ਜੀ ਆਪ ਵੀ ਦੋਸਤੋ ਨਵੀਂ ਆ ਵਹਿੜਾਂ ਦੇ ਵਿੱਚ ਵੱਛੀਆਂ ਦੇ ਵਿੱਚ ਅਤੇ ਮਗਰ ਵੀ ਵੱਛੀ ਬਹੁਤ ਖੂਬਸੂਰਤ ਤੁਸੀਂ ਦੇਖ ਹੀ ਲਈਏ ਵੱਡੇ ਕੱਦ ਕੱਟ ਦੇ ਵਿੱਚ ਵੱਛੀ ਆ ਸਭੀ ਸੁਭੀ ਚੰਗੀ ਆ ਦੁੱਧ ਦੁੱਧ ਕਿਸੇ ਵੀਰ ਨੇ ਚੰਗੀ ਸੇਵਾ ਸੁਭਾ ਤਕਰੀਬਨ ਕੀਤੀ ਨਜ਼ਰ ਆ ਹੀ ਰਹੀ ਆ ਵੱਛੀ ਆਪਣੇ ਭੂਆ ਕੋਲੋਂ ਲਈ ਵੀਰੇ ਕੋਲੇ ਉਪਰੇ ਥਾਉਣ ਲਈ ਆ ਹਾਂ ਭੂਆ ਨੇ ਝੂਠ ਨਹੀਂ ਮਾਰਨਾ ਹਾਂਜੀ ਹਾਂਜੀ ਰਿਸ਼ਤੇਦਾਰੀ ਨੂੰ ਡੰਗਰ ਆਇਆ ਫਿਰ ਤਸੱਲੀ ਹੁੰਦੀ ਵੀਰੇ ਹਨਾ ਹਾਂ ਨਹੀਂ ਚੰਗੀ ਗੱਲ ਹਾਂ ਠੀਕ ਆ ਇਹ ਹੀ ਹੋਈ ਆ ਦੱਸੀ ਆਪਾਂ ਕੱਲ ਨੂੰ ਮੁੜ ਕੇ ਗੱਬਰ ਨਿਕਲ ਆਵੇ ਹਨਾ ਹਾਂ ਬਿਲਕੁਲ ਵਾਰ ਚੰਗੀ ਆ ਪਸੰਦ ਆਊਗੀ ਦੋਸਤੋ ਜਿਹੜੇ ਵੀਰ ਨੂੰ ਪਸੰਦ ਆਈ ਸੌਦਾ ਕਰ ਲਿਓ ਅੱਗੇ ਆ ਗਈ ਆਪਣੇ ਕੋਲ ਡੱਬੀ ਆ ਕ੍ਰੋਸ ਇਹ ਵੀ HF ਚ ਆ ਗਈ HF ਵੈੜ ਆ ਗਈ ਆ ਹਾਂ ਲਓ ਦੋਸਤੋ ਆਰਡਰ ਦੀ ਕੁਆਲਿਟੀ ਕਾਫੀ ਸੋਹਣੀ ਆ ਪੂਰਾ ਖਬਰਦਾਰ ਚੱਡਾ ਥਾਨ ਬਹੁਤ ਚੰਗਾ ਵੱਛੀ ਨੂੰ ਸੀਲ ਸਲੱਗ ਫਿਰ ਬਹੁਤ ਜ਼ਿਆਦਾ ਸੋ ਸੀਲੀ ਸੂਲੀ ਵੇਖੋ ਬਹੁਤ ਸੋਹਣੀ ਆ ਬਾਕੀ ਥਾਨ ਬਿਲਕੁਲ ਬਲੈਕ ਰੰਗ ਦੇ ਵਿੱਚ ਚਿੱਟਾ ਲੇਵਾ ਹਵਾਨਾ ਚਿੱਟਾ ਬਲੈਕ ਥਾਨ ਬਲੈਕ ਥਾਨ ਫਿਰ ਘੱਟ ਮਿਲਦਾ ਹਾਂ ਬਹੁਤ ਸੋਹਣੀ ਥਾਨ ਦੀ ਕੁਆਲਿਟੀ ਬਾਕੀ ਤੁਹਾਨੂੰ ਖੋਲ ਕੇ ਤੋਰ ਕੇ ਦਿਖਾਵਾਂਗੇ ਸਟੇਟ ਫਿਰ ਨਿੱਕਾ ਨਹੀਂ ਰੁਕ ਰੁਕਦਾ ਥਾਨ ਕਰਨਾ ਬੋਦੀ ਵਾਲੀ ਵੇੜਾ ਦੋਸਤੋ ਸਟੇਟ ਪੜਾ ਬੋਦੀ ਵਾਲੀ ਵੇੜ ਆ ਲਾ ਹੁਣ ਵੀਰੇ ਚੱਲਣੀਆਂ ਇਦਾਂ ਦੀਆਂ ਤੈਨੂੰ ਪਤਾ ਬਸ ਬਸ ਜੀ ਸੋ ਦੋਸਤੋ ਇਹ ਵਹਿੜਾਂ ਜੇਕਰ ਆਪਾਂ ਗੱਲ ਕਰ ਲਈਏ ਇੱਕ ਪਿਓਰਟੀ ਵਾਲੀਆਂ ਵਹਿੜਾਂ ਵੀ ਚਲੋ ਬਹੁਤ ਵਧੀਆ ਗੱਲ ਆ ਉਹਦੀ ਮੈਨੇਜਮੈਂਟ ਪ੍ਰਬੰਧ ਥੋੜ੍ਹਾ ਜਿਹਾ ਵਧੇਰੇ ਕਰਨਾ ਪੈਂਦਾ ਥੋੜ੍ਹਾ ਜਿਹਾ ਦੇਖ ਰੇਖ ਜ਼ਿਆਦਾ ਰੱਖਣੀ ਪੈਂਦੀ ਆ ਪਸ਼ੂ ਦੀ ਇਹ ਕਿਤੇ ਨਾ ਕਿਤੇ ਥੋੜ੍ਹਾ ਜਿਹਾ ਕਿਤੇ ਨਾ ਕਿਤੇ ਕ੍ਰੋਸ ਵਿੱਚ ਆ ਜਾਂਦੀ HF ਬੋਦੀ ਵਾਲੀ ਵਹਿੜ ਆ ਅੱਛਾ ਅੰਮ੍ਰਿਤ ਸੂਬਾ ਕਿਹੜਾ ਮਾਸ ਹੁੰਦੀ ਬਈ ਦੂਜਾ ਸੂਬ ਵੀ ਵੀਰੇ ਦੂਜਾ ਸੂਬਾ ਤੇ ਸਮਾਂ ਕੱਢ ਜੂਗੇ ਜੇ ਕੋਈ 2-4 ਦਿਨ ਹਾਂ ਵੀਰੇ ਖੜਦੀ ਆ 4 ਦਿਨ ਲੈ ਜਾ ਹਜੇ ਢਿੱਲਾ ਢੋਲਾ ਵਾਵਾ ਹੈ ਹਾਂ ਝੋਲੀ ਝੂਲੀ ਚੰਗੀ ਵੀਰੇ 20 ਕਿਲੋ ਦੁੱਧ ਵੱਛੀ ਆਰਾਮ ਨਾਲ ਚੋਊ ਠੀਕ ਹੈ ਜੀ ਹਾਂਜੀ ਸੋ ਬਾਕੀ ਦੋਸਤੋ ਜਿੰਨਾ ਕੁ ਕਰਮਾਂ ਵਾਲੀ ਹੈਗੀ ਆ ਉੱਪਰੋਂ ਉਹਨਾਂ ਕੁ ਲੇਵਾ ਸੋਹਣਾ ਵਿਖਾਲਾ ਬਣਾ ਕੇ ਤਿਆਰ ਕਰੂਗੀ ਵੀ ਇਹ ਗੱਲ ਨਹੀਂ ਹੈਗੀ ਵੀ ਉੱਪਰੋਂ ਘੱਟ ਤੇ ਥੱਲਿਓਂ ਵੱਧ ਨਿਕਲੇ ਜਾਂ ਥੱਲਿਓਂ ਵੱਧ ਤੇ ਉੱਪਰੋਂ ਘੱਟ ਠੀਕ ਹੈ ਸਾਰੇ ਪਾਸੇ ਪੂਰੀ ਆ ਸਾਨ ਸੂਨ ਬਾਕੀ ਆ ਫੇਸ ਕੁਆਲਿਟੀ ਇੱਕ ਵਾਰੀ ਜ਼ਰੂਰ ਦੇਖੋ ਫਿਰ ਧੀਰੀ ਆ ਵੱਛੀ ਕਾਲੀ ਪੈਣ ਵਾਲੀ ਨਹੀਂ ਥੋੜਾ ਜਿਹਾ ਡਰਦੀ ਆ ਬਸ ਆ ਲਓ ਜੀ ਰੋਕ ਲਓ ਭਾਈ ਜੀ ਲੈ ਜਾਓ ਜੀ ਫਾੜੀ ਵਾਲਾ ਚੱਡਾ ਵੇਖੋ ਮਿਰਲਾਂ ਉਰਲਾਂ ਵੀਰੇ ਇਹ ਬਹੁਤ ਕਰਨੇ ਆ ਵਸ਼ੀਆਂ ਚੱਡਾ ਭਰ ਕੇ ਬਿਲਕੁਲ 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 ਇਹ ਨਹੀਂ ਵੀ ਸ਼ੂਕਰ ਉਹੋ ਜਿਹੀ ਨਿਕਲੂਗੀ ਅੱਛਾ ਅੰਮ੍ਰਿਤ ਕੀ ਮੁੱਲ ਕਰਦੇ ਹਾਂ ਮੁੱਲ ਤੇ ਵੀਰੇ 75 ਕਰ ਲਈਏ 70 ਕਰ ਲਈਏ 65,000 ਦੀ ਦੇਣੀ ਆਪਾਂ 65,000 ਦੀ ਹਾਂਜੀ ਠੀਕ ਹੈ ਜੀ ਹਾਂ 20 ਕਿਲੋ ਵਾਲੀ ਵਸ਼ੀ ਆ ਅੱਛਾ ਗਾੜੀ ਸੇਵਾ ਦਾ ਵੀਰੇ ਠੀਕ ਹੈ ਜੀ ਹਾਂਜੀ ਲਓ ਦੋਸਤੋ 65,000 ਦੀ ਬਾਈ ਜਾਂਦਾ ਵੀ ਦੇਣੀ ਆ ਬਾਕੀ 70,000 75 72 ਕੁਛ ਵੀ ਡਿਮਾਂਡ ਆ 65,000 ਦੀ ਲੈ ਦੇ ਸੋ ਵੈਰ ਤੁਸੀਂ ਦੇਖ ਲਈਏ ਦੋਸਤੋ ਪਸੰਦ ਆਊਗੀ ਬਾਕੀ ਮੂੰਹ ਮੱਥੇ ਦੀ ਚੰਗੀ ਆ ਥਣ ਭਾਂਡਾ ਬਹੁਤ ਸੋਹਣਾ
ਬਖਾਲਾ ਕਾਫੀ ਸੋਹਣਾ, ਪੰਜਾਂ ਚੌਂ ਦਿਨਾਂ 'ਚ ਹੋਰ ਵੀ ਲੇਵਾ ਬਣਾ ਕੇ ਤਿਆਰ ਕਰੂਗੀ। ਅੱਗੇ ਆ ਗਈ ਆਪਣੇ ਕੋਲ ਤੀਸਰੇ ਨੰਬਰ 'ਤੇ ਆਹ ਸੂਈ ਹੈ ਜੀ। ਹਾਂਜੀ ਹਾਂਜੀ ਸੂਈ ਵੀਰੇ, ਕੱਲ੍ਹ ਦੀ ਵੱਛੀ, ਕੱਲ੍ਹ ਦੀ ਸੂਈ ਹੈ। ਹਾਂਜੀ ਇਹਨੂੰ ਅੰਮ੍ਰਿਤਾ 'ਚ ਕਿੰਨੇ ਕੁ ਦਿਨ ਹੋ ਗਏ? ਕੱਲ੍ਹ ਤੜਕੇ ਸੂਈ, ਕੱਲ੍ਹ ਮੋਰਨਿੰਗ। ਹਾਂਜੀ 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 ਜੇਰਜੂਰ ਆਪਣੇ ਕੋਲ ਹੀ ਪਾਤੀ ਸੀ ਵੀਰੇ, ਆਪਣੇ ਕੋਲ ਪ੍ਰੋਪਰ ਪਾਈ ਆ, ਵੀਡੀਓ ਹੈਗੀ ਆਪਣੇ ਕੋਲ ਬਣੀ ਜੇਰਜੂਰ ਪਈ ਦੀ। ਹਾਂਜੀ ਹਾਂਜੀ ਵੱਛੀ ਮਗਰ ਕੀ? ਵੱਛਾ ਵੀਰੇ, ਮਗਰ ਵੱਛਾ। ਹਾਂਜੀ ਲਓ ਦੋਸਤੋ, ਇਹ ਵੱਛਾ ਤੁਸੀਂ ਵੇਖੋ ਬਿਲਕੁਲ ਡੱਬਾ, ਆਹ ਜਿਹੜਾ ਵਾਈਟ ਬਲੈਕ ਡੱਬ, ਇਹ ਵੱਛਾ ਮਗਰ, ਠੀਕ ਆ। ਕੱਲ੍ਹ ਹੀ ਸੂਈ ਆ ਜੇਰਜੂਰ ਪ੍ਰੋਪਰ ਬਾਈ ਅੰਮ੍ਰਿਤ ਸਿੰਘ ਹੋਣਾਂ ਦੇ ਘਰੇ ਪਾਈ ਆ ਇਸ ਬੈਡ 'ਤੇ, ਅਤੇ ਸੁਬਾਹ ਦੂਜਾ ਹੈ ਨਾ। ਹਾਂਜੀ ਲਓ ਜੀ, ਠੀਕ ਆ। ਸੋ ਹਾਈਟ ਮੀਡੀਅਮ ਦੇ ਵਿੱਚ ਆ ਦੋਸਤੋ, ਹਾਈਟ ਮੀਡੀਅਮ, ਬਾਕੀ ਸੂਈ ਸੁਬਾਹ ਤਾਜ਼ੀ ਆ। ਅੱਗੇ ਜਿਹੜਾ ਵੀਰ ਲੈ ਜੂਗਾ, ਇੱਕ ਕੀਮਤ ਵੀ ਜਿਹੜੀ ਦੋਸਤੋ ਜੈਨੂਅਨ ਜਾਇਜ਼ ਹੋਊਗੀ, ਅਤੇ ਜਿਹੜਾ ਕੋਈ ਵੀਰ ਲੈ ਜੂਗਾ ਅਤੇ ਪੂਰਾ ਜਿਹੜਾ ਦੋਸਤੋ ਗਰਮੀ ਭਰ ਦੁੱਧ ਪੀਊਗਾ, ਜਿਹੜਾ ਹੁਣ ਦਾ ਸੋਇਆ ਪਸ਼ੂ ਸਾਰਾ ਗਰਮੀ ਭਰ ਅੱਧ ਸਿਆਲ ਤੱਕ ਵੀ ਆਉਣ ਵਾਲੇ ਸਮੇਂ 'ਚ ਚੱਲੂਗਾ। ਸੋ ਆਹ ਦੇਖੋ ਜੀ, ਬਾਕੀ ਥਣ ਥੁਣ ਬਹੁਤ ਸੋਹਣਾ, ਚਵਾਈ ਚਵੂਈ ਚੰਗੀ ਨਿਕਲੀ ਹੈ? ਪੂਰੀ ਵਧੀਆ ਵੀਰੇ, ਠੀਕ ਆ। ਲਓ ਜੀ, ਹਾਈਟ ਮੀਡੀਅਮ, ਕੋਈ ਵੀ ਰੰਗ ਕੇ ਆਵੇ ਦਰਮਿਆਨੀ ਹਾਈਟ ਆ ਦੋਸਤੋ, ਠੀਕ ਆ। ਕੋਈ ਵੀਰ ਦੂਰੋਂ ਨੇੜਿਓਂ ਆ ਰਿਹਾ ਅਤੇ ਇਹ ਜ਼ਰੂਰ ਦੱਸਣਾ ਫਰਜ਼ ਬਣਦਾ ਆਪਣਾ। ਅਤੇ ਬਾਕੀ ਆਹ ਫੇਸ ਕੁਆਲਿਟੀ, ਮੂੰਹ ਮੱਥਾ ਤੁਸੀਂ ਵੇਖ ਲਿਆ ਬੈਠ ਦਾ, ਥਣ ਥੁਣ ਬਹੁਤ ਸੋਹਣਾ, ਲੰਬਾ ਥਣ, ਹੱਥੀ ਚਵਾਈ ਦਾ ਥਣ ਲੱਗਾ, ਬਾਕੀ ਚੋਣ ਚਾਣ ਬਹੁਤ ਵਧੀਆ ਨਿਕਲੀ ਆ ਵੀਰ ਦੇ ਦੱਸਣ ਮੁਤਾਬਕ, ਅਤੇ ਕੋਈ ਇੱਕ ਦੋ ਡੰਗ ਦੀ ਜਿਹੜੀ ਚਵਾਈ ਹੋ ਵੀ ਚੁੱਕੀ ਆ। ਸੋ ਬੌਲੇ 'ਤੇ ਹੋਣਾ ਕਿਉਂਕਿ ਕੱਲ੍ਹ ਹੀ ਸੂਈ ਹੈ ਅਤੇ ਬੌਲੇ 'ਤੇ ਚੱਲਣ ਡਈ ਆ, ਕੋਈ ਵੀਰ ਆਪਦੀ ਆਣ ਕੇ ਚੋ ਕੇ ਆਪਦੀ ਤਸੱਲੀ ਕਰ ਸਕਦਾ। ਠੀਕ ਅੰਮ੍ਰਿਤ, ਇਹਦੀ ਮੰਗ ਕੀ ਕਰਦੇ ਆ ਕਿੱਥੋਂ? ਮੁੱਲ ਤੇ ਵੀਰੇ 45 ਕਰ ਲਈ। ਹਾਂ 40 ਚ ਮਾਨਤਾਨ ਕਰਾਂਗੇ ਥੋੜਾ ਬਾਤਾ ਜੀ। 40 ਚ? ਹਾਂ 40 ਚ ਮਾਨਤਾਨ ਕਿੰਨਾ ਕੁ ਜੋ? ਥੋੜਾ ਬਾਤਾ ਹੀ ਕਰਾਂਗੇ, ਜਿਆਦਾ ਨਹੀਂ। ਥੋੜਾ ਬਾਤਾ, ਹਾਂਜੀ ਠੀਕ ਹੈ ਜੀ। ਵੱਛੀ ਚੰਗੀ ਆ ਜਿੰਨੀ, ਹੈਨਾ? ਨਹੀਂ ਚੰਗੀ ਆ ਵੱਛੀ, ਚੰਗੀ ਆ। 40,000 ਦੇ ਵਿੱਚੋਂ ਭਰਾਵੋ ਮਾਨਤਾਨ ਹੋ ਜਾਊਗਾ, ਥੋੜਾ ਬਹੁਤਾ ਜਿੰਨਾ ਵੀ ਆ ਤੁਸੀਂ ਕਾਲ ਕਰ ਲਓ, ਠੀਕ ਆ, ਜਿੰਨਾ ਵੀ ਹੋਣਾ ਵਿੱਚੋਂ ਮਾਨਤਾਨ ਉਹ ਹੋ ਜਾਊਗਾ। ਸੋ ਬਿਰਲਾ ਬੁਰਲਾ ਚੰਗੀਆਂ ਨੇ, ਬਾਕੀ ਆਰਡਰ ਉਡਰ ਬਹੁਤ ਸੋਹਣਾ, ਠੀਕ ਆ। ਕਈ ਜਣਾ ਬਹੁਤ ਵੱਡਾ ਪਸ਼ੂ ਲੈ ਲਈਏ 13,000 ਦਾ, 14 ਕਿਲੋ ਵੀਰੇ ਆਰਾਮ ਨਾਲ ਦੁੱਧ ਭਰੀ ਜਾਣਾ ਕਰਮਾਲੀ ਨੇ। ਸਹੀ ਹੈ, ਸਹੀ ਹੈ, ਹਾਂ। ਅੱਛਾ ਅਮਰ ਤੱਕ ਆਪਣੇ ਕੋਲ ਲਾਸਟ ਵਿੱਚ ਜਿਹੜੀ ਇਹ ਬੈਡ ਆ, ਇਹ ਪਹਿਲਾ ਸੂਆ ਸੋਹਣੀ ਵੀਰੇ, ਪਹਿਲਣ? ਹਾਂਜੀ ਠੀਕ ਹੈ ਜੀ। ਲੱਭ ਦੱਸੋ ਪਹਿਲਾ ਸੂਆ ਸੋਹਣੀ ਆ, ਕ੍ਰੋਸ ਆ ਵੀ ਇਹ ਵੀ, ਠੀਕ ਆ, HF ਕ੍ਰੋਸ ਅੰਗ ਦੇ ਵਿੱਚ ਆ, ਅਤੇ ਪਹਿਲਣ ਵੱਛੀ ਇਹ ਸੋਹਣ ਜਾ ਰਹੀ ਆ, ਅਤੇ ਦਿਨ ਤਕਰੀਬਨ ਕੋਈ ਤਿਆਰੀ 'ਤੇ ਵੀ ਆ, ਬਾਕੀ ਦਿਨ ਹਜੇ ਕੱਢਦੀ ਆ, ਲੈ ਜੂਗੀ ਦਿਨ, 5 ਦਿਨ ਲੈ ਜੇ, 4 ਦਿਨ ਲੈ ਜੇ, ਹਫ਼ਤੇ ਦੇ ਅੰਦਰ ਬਾਰ ਸਮਾਂ ਲੈ ਜੇ, ਹੁਣ ਦੇਣਾ ਦੋਸਤੋ ਦਿਨੋ ਦਿਨ, ਘੰਟਿਆਂ ਘੰਟਿਆਂ ਦੇ ਵਿੱਚ ਇਸ ਵੱਛੀ ਨੇ ਬਣ ਕੇ ਬਿਲਕੁਲ। ਕੱਲ੍ਹ ਦੀ ਵੀਰੇ, ਕੱਲ੍ਹ ਹੋ ਰਹੀ, ਅੱਜ ਹੋਰ ਹੋ ਗਈ, ਦਿਨੋ ਦਿਨ ਹੋਰ ਬਣਦੀ, ਮਤਲਬ ਕਿ ਤੋਂ 2-4 ਦਿਨਾਂ 'ਚ ਪੂਰੀ ਇਹਨੇ ਫਿੱਟ ਫਾਟ ਹੋ ਜਾਣਾ ਥੱਲੇ। ਹਾਂ, ਸੋ ਕੱਦ ਕੁੱਦ ਵੱਡਾ ਦੋਸਤੋ, ਕੱਦ ਵੱਡਾ, ਅਤੇ ਚਲੋ ਕਈ ਵਾਰ ਨੋਰਮਲ ਸਾਂਭ ਸੰਭਾਲ ਦੇ ਵਿੱਚੋਂ ਪਸ਼ੂ ਨਿਕਲਦੇ ਆ, ਬਾਕੀ ਬੈਡ ਚੰਗੀ ਆ ਅਤੇ ਨਵੀਂ ਆ ਬੈਡ, ਬਹੁਤ ਵੇਰ ਪਹਿਲਰ ਦੂਜਣ ਬੈਡਾਂ ਜਿਹੜੀਆਂ ਖਰੀਦਣ ਦੇ ਚਾਹਵਾਨ ਤੁਸੀਂ ਹੱਥ ਪਾ ਸਕਦੇ ਜੀ। ਸੋ ਵੱਛੀ ਦਾ ਪੂਰਾ ਥਣ ਥਾਂ ਤੁਹਾਨੂੰ ਨੇੜੇ ਤੋਂ ਦਿਖਾ ਦਿੰਦੇ ਇੱਕ ਵਾਰੀ, ਆਹ ਲਓ ਜੀ।
ਠੀਕ ਹੈ ਜੀ ਥਣ ਵੀ ਲਓ ਜੀ ਕੱਦ ਫਿਰ ਪੂਰਾ ਸੋਹਣਾ ਵੱਛੀ ਦਾ ਹਾਂ ਕੱਦ ਵੀ ਸੋਹਣਾ ਹਾਂ ਫਿਰ ਇਹ ਗਰਮੀ ਝੱਲਣ ਵਾਲੀ ਵੀਰੇ ਹਾਂ ਹਾਂ ਲਓ ਵੀ ਭਰਾਵੋ ਕੱਦ ਕੁੱਦ ਚੰਗਾ ਬਾਕੀ ਮੂੰਹ ਮੱਥੇ ਦੀ ਵੀ ਚੰਗੀ ਆ ਹੈ ਕਰੋਸ ਅੰਗ ਦੇ ਵਿੱਚ ਆ ਠੀਕ ਆ ਲੈ ਵੀ ਅੰਮ੍ਰਿਤ ਤੋਰ ਲਾ ਵੀ ਮੱਛੀ ਵੀਰੇ ਉਵੇਂ ਧੀਰੀ ਆ ਕਰਮਾਂ ਵਾਲੀ ਬਿਲਕੁਲ ਜੀ ਬਿਲਕੁਲ ਕਾਲੀ ਪੈਣ ਵਾਲੀ ਨਹੀਂ ਆ ਸੋ ਦੋਸਤੋ ਇਹ ਬਿਲਕੁਲ ਚੌਥੇ ਨੰਬਰ 'ਤੇ ਆਪਾਂ ਵਹਿੜ ਤੁਹਾਨੂੰ ਦਿਖਾਈ ਆ ਵੇਰਵਾ ਪਾ ਦਿੰਦੇ ਹਾਂ ਠੀਕ ਆ ਅਤੇ ਦੋ ਹੀ ਅੱਜ ਵਹਿੜਾਂ ਸੀ ਜਿਹੜੀਆਂ ਸੂਈਆਂ ਨੇ ਅਤੇ ਇੱਕ ਉੱਚੇ ਬੱਚੇ ਦੇ ਵਿੱਚ ਤੁਹਾਨੂੰ ਦਿਖਾਤੀ ਆ ਇੱਕ ਬਿਲਕੁਲ ਤਾਜ਼ੀ ਸੂਈ ਆ ਜਿਹੜੀ ਕੱਲ੍ਹ ਹੀ ਸੂਈ ਆ ਅਤੇ ਦੋ ਗੱਬਣ ਪੂਰੀ ਤਿਆਰੀ 'ਤੇ ਮੱਛੀ ਉਹ ਧੀਰੀ ਆ ਥੋੜ੍ਹਾ ਜਿਹਾ ਉਹ ਨਹੀਂ ਸ਼ੂਕਰ ਨਿਕਲਦੀ ਚੰਗੀ ਨਿਕਲੂਗੀ ਅਤੇ ਅੰਮ੍ਰਿਤ ਇਹਦੀ ਫਿਰ ਮੰਗ ਵੀਰੇ ਮੁੱਲ 'ਤੇ 45 ਕਰ ਦੇ 40 'ਚ ਛੋੜ ਛੱਪਾ ਕਰਾਂ 40 'ਚ ਹਾਂ ਚੰਗੀ ਆ ਮੱਛੀ ਠੀਕ ਹੈ ਜੀ ਹਾਂ ਠੀਕ ਹੈ ਵੀਰੇ ਸੋ 40,000 ਦੇ ਵਿੱਚੋਂ ਭਰਾਵੋ ਮਾਣ ਤਾਣ ਹੋ ਜੂਗਾ ਵੈੜ ਤੁਸੀਂ ਵੇਖ ਲਈ ਆ ਪਹਿਲਾਂ ਸੁਬਾ ਸੋਹਣੀ ਆ ਬਾਕੀ ਇਹ ਅੱਜ ਚਾਰ ਪਸ਼ੂ ਸੀਗੇ ਜਿਹੜੇ ਆਪਾਂ ਤੁਹਾਨੂੰ ਦਿਖਾਉਣੇ ਸੀਗੇ ਠੀਕ ਆ ਚੌਂ ਪਸ਼ੂਆਂ ਦੀ ਆਪਾਂ ਡਿਟੇਲ ਤੁਹਾਨੂੰ ਦੇ ਦਿੱਤੀ ਆ ਸੋ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਅੱਗੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਜੋ ਕਿ ਨਵੇਂ ਫਾਰਮਰ ਵੀਰਾਂ ਤੱਕ ਵੀ ਪਹੁੰਚ ਹੋ ਸਕੇ ਅਤੇ ਅੰਮ੍ਰਿਤ ਬੋਲ ਦਈਏ ਵੀਰੇ ਨੰਬਰ ਆਪਣੇ ਨੰਬਰ ਵੀਰੇ ਆਪਣਾ 84464 5056 2 ਉਹਦੇ ਵਟਸਐਪ ਚੱਲਦਾ ਵੀਰ ਜੀ ਠੀਕ ਆ ਜੀ ਹਾਂਜੀ ਹਾਂਜੀ ਕੋਈ ਵੀਰ ਆਵੇ ਦੋ ਟਾਈਮ ਆਪਦੀ ਤਸੱਲੀ ਕਰੇ ਜਿਹੜਾ ਗੱਭਣ ਬਹੂ ਉਹਦੀ ਤਿੱਪ ਕੇ ਜਿਹੜਾ ਸੂਆ ਸਵਾਇਆ ਉਹਦੀ ਦੋ ਟਾਈਮ ਧੋ ਕੇ ਤਸੱਲੀ ਕਰਕੇ ਆਪਦੀ ਖੜੇ ਆ ਨਾ ਮੁੜ ਕੇ ਲਾਮਾ ਕਿਉਂ ਦੇਣਾ ਬਿਲਕੁਲ ਜੇ ਆਨਲਾਈਨ ਆ ਫਿਰ ਤੇ ਫੁੱਲ ਗਰੰਟੀ ਹੋਊ ਵੀਰੇ ਆਪਣੀ ਲਓ ਵੀ ਭਰਾਵੋ ਫਿਲਹਾਲ ਇਹ ਪਸ਼ੂ ਸੀ ਇਹ ਨਖ ਸੀਗੇ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ